ਪਹਿਲਾਂ ਤੋਂ ਮੈਂ ਸੋਚਿਆ ਸੀ ਕਿ ਮੈਂ ਥੋੜੀ ਫਿਟਨੈਸ ਰੱਖਣੀ ਹੈ ਮੈਂ ਬਾਅਦ ਚ ਮੈਨੂੰ ਕੁਝ ਇਦਾਂ ਦੇ ਲੋਕ ਮਿਲੇ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਤੁਸੀਂ ਕਰ ਸਕਦੇ ਹੋ ਤੇ ਫਿਰ ਮੈਂ ਸੋਚਿਆ ਸੀ ਚੱਲ ਕਰ ਲੈਂਦੀ ਹਾਂ ਇੱਕ ਵਾਰ ਫਿਰ ਮੈਂ ਚੰਡੀਗੜ੍ਹ ਦਾ ਖਿਲਿਆ ਸੀ ਐਕਚੁਲੀ ਮੇਰੀ ਮੈਂ ਸਕੂਲ ਤੋਂ ਮੇਰੀ ਮੰਮੀ ਹੀ ਸਪੋਰਟ ਰਹੀ ਆ ਕਿਸੇ ਵੀ ਸਪੋਰਟ ਕਰਦੇ मतलब कुछ टाइम ऐसा थी जब सानू जींस भी नहीं डालने देते थे कुछ टाइम ऐसा थी तो फिर सानू जींस भी नहीं डालते थे सूटा चे करते थे तो फिर आज देख लो कुछ आप ही ਜੀ
आपके मम्मी पापा को भी प्राउड फील हो सके आपके ऊपर. सो थैंक यू, बहुत बहुत थैंक यू.